ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਇੱਕ ਬਹੁਤ ਹੀ ਅਹਿਮ ਖਬਰ ਜੋ ਬਹੁਤ ਸਾਰੀਆਂ ਗਲਤਫਹਿਮੀਆਂ ਨਾਂ ਪਰ ਹੋਈ ਹੈ ਪਰ ਉਹ ਗਲਤਫਹਿਮੀਆਂ ਕਿਹਨੇ ਕ੍ਰੀਏਟ ਕੀਤੀਆਂ ਇਹ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਖਬਰ ਆਈ ਅਮਰੀਕਾ ਦੇ ਸ਼ਹਿਰ ਪੈਂਸਿਲਵੇਨੀਆ ਤੋਂ ਜਿੱਥੋਂ ਇਹ ਪਤਾ ਲੱਗਿਆ ਕਿ ਲੌਰ ਬਿਸ਼ਨੋਈ ਦੇ ਆਧਿਕਾਲ ਖਾਸ ਦੋਸ਼ਮਣ ਜਗੂ ਭਗਵਾਨ ਪੁਰੀਆ ਦੇ ਖਾਸ ਦੋਸਤ ਅਮਰਤ ਬਲ ਨੂੰ ਅੱਜ ਅਮਰੀਕਾ ਚ ਮਾਰ ਦਿੱਤਾ ਗਿਆ। ਕੋ ਚੈਨਲਾਂ ਨੇ ਇਹ ਖਬਰ ਬੜੀ ਧੂਮ ਧਾਮ ਨਾਲ ਚਲਾਈ। ਛਣਚਰਵਾਰ ਦੀ ਲੇਟ ਈਵਨਿੰਗ ਰਾਤ ਨੂੰ ਉਦੋਂ ਅਮਰੀਕਾ ਦੇੰਟੜ ਗਿਆ ਹੁੰਦਾ ਤੇ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤੇ ਰਾਬਤਾ ਕਾਇਮ ਕੀਤਾ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਅਮਰਤਵਲ ਮਰ ਗਿਆ ਜਾਂ ਜਿਉਂਦਾ ਉਹ ਕਹਿੰਦੇ ਜੀ ਥੋੜਾ ਜਿਹਾ ਸਮਾਂ ਦੇਵੋ ਸੀ ਚੈੱਕ ਕਰਕੇ ਦੱਸਦੇ ਹਾਂ ਉਹਨਾਂ ਨੇ ਆਪਣੀ ਆਪਣੀਆਂ ਵੈਬਸਾਈਟ ਤੇ ਪੁਲਿਸ ਦੀਆਂ ਸ਼ਹਿਰਪਦੀਆਂ ਅਮਰੀਕਾ ਦੀਆਂ ਆਰਜੈਂਸੀਆਂ ਚੈੱਕ ਕਰਕੇ ਦੱਸਿਆ ਕਹਿੰਦੇ ਜੀ ਕਿਤੇ ਵੀ ਅਮਰਤ ਬਲ ਨਾਂ ਦੇ ਬੰਦੇ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ ਦੋਸਤੋ ਇਹ ਹੋਰੀਆਂ ਅਫਵਾਹਾਂ ਕਿਉਂ ਫਲਾਈਆਂ ਜਾਂਦੀਆਂ ਕੁਝ ਲੋਕ ਆਪਣੀਆਂ ਖਬਰਾਂ ਵੇਚਣ ਲਈ ਅਮਰਤ ਬਲ ਦੇ ਨਾਮ ਦਾ ਇਸਤੇਮਾਲ ਕਰ ਰਹੇ ਆ ਇਹ ਪਹਿਲਾਂ ਵੀ ਹੋ ਚੁੱਕਿਆ ਮਹੀਨਾ ਤੋਂ ਪਹਿਲਾਂ ਇੱਕ ਬਹੁਤ ਵੱਡੇ ਪત્રਕਾਰ ਜਿਹੜੇ ਖੋਜੀ ਪੱਤਰਕਾਰ ਨੇ ਅੱਜਕੱਲ ਉਹਨਾਂ ਨੇ ਵੀ ਇੱਕ ਬੜੀ ਵੱਡੀ ਰਿਪੋਰਟ ਬਣਾਈ ਸੀ ਮੀਨਾ ਸਵਾ ਮਹੀਨਾ ਪਹਿਲਾਂ ਕਿ ਅਮਰਤਪਾਲ ਨੂੰ ਅਮਰੀਕਾ ਦੀ ਐਫ ਪੀ ਆਈ ਨੇ ਬਹੁਤ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਖੇਪ ਨਾਲ ਫੜਿਆ ਤੇ ਉਹਨੂੰ ਅਰੈਸਟ ਕਰ ਲਿਆ ਉਹ ਕਵਰ ਵੀ ਪੈਂਸਿਲਵੇਨੀਆ ਤੋਂ ਆਈ ਸੀ ਔਰੋ ਪੱਤਰਕਾਰ ਸਾਹਿਬ ਨੇ ਬੜਾ ਮਸਾਲਾ ਮਸੂਲਾ ਮਿਰਚ ਮਸਾਲਾ ਲਾ ਕੇ ਦੱਸਿਆ ਕਿ ਅਮਰਪਾਲ ਹੈ ਕੌਣ ਕਿਵੇਂ ਜਾ ਰਿਹਾ ਸੀ ਕਿਵੇਂ ਆ ਰਿਹਾ ਸੀ ਕਿਵੇਂ ਫੜਿਆ ਗਿਆ ਬਿਲਕੁਲ ਇਸ ਤਰ੍ਹਾਂ ਦੱਸਿਆ ਜਿਵੇਂ ਉਹ ਸਾਰਾ ਕੁਝ ਦੇਖ ਰਹੀ ਸੀ ਉਸ ਤੋਂ ਕੁਝ ਦਿਨ ਬਾਅਦ ਅਸੀਂ ਇੱਕ ਖਬਰ ਬਣਾਈ ਕਿ ਅਸਲ ਤੇ ਉਸੇ ਅਮਰੀਕਾ ਤੇ ਯੂ ਐਸ ਏ ਤੇ ਅਮਰਿਤਪਾਲ ਨਾ ਦਾ ਬੰਦਾ ਉਹਨਾਂ ਦਿਨਾਂ ਚ ਪੜਿਆ ਗਿਆ ਸੀ ਕਹੇ ਛੋਟੇ-ਮੋਟੇ ਕ੍ਰਾਈਮ ਕੋਈ ਵੱਡਾ ਜੁਰਮ ਨਹੀਂ ਸੀ ਉਹਦਾ ਇਹ ਸਾਡੇ ਖੋਜੀ ਪੱਤਰਕਾਰ ਸਾਹਿਬ ਨੇ ਸਮਝ ਲਿਆ ਕਿ ਉਹ ਅਮਰਿਤ ਬਾਲ ਹੈ ਅਮਰਿਤਪਾਲ ਨੂੰ ਅਮਰਿਤ ਬਾਲ ਸਮਝ ਲਿਆ ਤੇ ਖਬਰ ਬਣਾ ਕੇ ਚਲਾਤੀ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਅਮਰੀਕਾ ਦੀ ਵੈਬਸਾਈਟ ਤੇ ਪੁਲਿਸ ਦੀ ਸ਼ਰਫ ਦੀ CIA ਦੀ FBI ਦੀ ਕਿਸੇ ਵੀ ਵੈਬਸਾਈਟ ਤੇ ਜਾਂ ਉਹਨਾਂ ਦੀ ਕਿਸੇ ਵੀ ਸੰਸਥਾ ਵੱਲੋਂ ਕੋਈ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਅਮਰਤਵਾਲ ਪੜਿਆ ਗਿਆ ਜਾਂ ਨਹੀਂ ਪੜਿਆ ਗਿਆ ਜਾ ਰੋ ਮੰਨ ਲਿਆ ਪੱਤਰਕਾਰ ਸਾਹਿਬ ਦੀ ਖਬਰ ਸਹੀ ਹੋਏਗੀ ਉਹ ਨੂੰ ਜੇ ਪੜ ਲਿਆ ਗਿਆ ਹੁੰਦਾ ਤਾਂ ਉਹ ਗਲਤ ਹੋਣਾ ਸੀ ਜੇ ਉਹ ਨਿਰਮਾਨਤ ਹੋਈ ਹੁੰਦੀ ਤਾਂ ਪੱਤਰਕਾਰ ਸਾਹਿਬ ਨੇ ਦੱਸ ਵੇ ਦਿੱਤਾ ਹੁੰਦਾ ਹੋਣਾ ਸੀ ਕੋਈ ਨਿਰਮਾਨਤ ਹੋਗੀ ਇੰਨੇ ਵੱਡੇ ਹਥਿਆਰਾਂ ਦੇ ਢਿਕੇਰੇ ਨਾ ਪੜਿਆ ਗਿਆ ਤਾਂ ਸਮਾਨਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਛਣਚਰਵਾਰ ਦੀ ਰਾਤ ਨੂੰ ਸੋਸ਼ਲ ਮੀਡੀਆ ਔਰ ਸੋ ਕਾਲ ਪੰਜਾਬੀ 87 ਵਡੀਆਂ ਚੈਨਲਾਂ ਦੇ ਪੰਜਾਬੀ ਵਿੰਗ ਜਿਹੜੇ ਆ ਚੈਨਲ ਹਿੰਦੀ ਦੀਆਂ ਚੱਲਦੀਆਂ ਦਿੱਲੀ ਉਹਨਾਂ ਨੇ ਆਪਣਾ ਆਪਣਾ ਪੰਜਾਬੀ ਨਿਆਣਾ ਵੀ ਪਹਿਲੇ ਆਪ ਚ ਰੱਖਿਆ ਹੋਇਆ ਬੱਚਾ ਜਿਹੜਾ ਆਪਣਾ ਇੱਕ ਜਿਹੜਾ ਪੰਜਾਬ ਦੀਆਂ ਕਬਰਾਂ ਦਿਖਾਉਂਦਾ ਰਹਿੰਦਾ ਤੇ ਉਸ ਬੱਚੇ ਨੇ ਇਹ ਗੱਲ ਕੀਤੀ ਕਿ ਅਮਰਤਵਾਲ ਦੇ ਰਾਤ ਜਗੂ ਪਗਵਾਨਪੁਰੇ ਦਾ ਕਾਸ ਆਦਮੀ ਲਾਰਸ ਬੈਸਟੋਈ ਦਾ ਅਜਕਲ ਕਾਸ ਦੁਸ਼ਮਣ ਉਹਨੂੰ ਪੈਂਟਰਵੀਨੀਆਂ ਚੋਦੇ ਘਰ ਚ ਜਾ ਕੇ ਮਾਰ ਦਿੱਤਾ ਗਿਆ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਗੋਲਡੀ ਬਰਾੜ ਉਹਦੇ ਸਾਥੀ ਵੱਲੋਂ ਮਾਰ ਦਿੱਤਾ ਗਿਆ ਦੋਸਤੋ ਬੜੀ ਸੈਂਸੇਸ਼ਨਲ ਖਬਰ ਸੀ परेशान होए कि पुष्टि की थी, जानी चाहिए है तो असी अमेरिका थी, अपने सोर्स न गलत की थी, तो तो पता लग्या कि असल च यह पूरा माजरा है और इस पूरी काबर च अमृत पा अमृत बल का कोई जिक्र नहीं है पहला जो ऑफिशियल वर्जन है अमेरिका का ਪੈਂਟਸਲਵੇਨੀਆ ਪੁਲਿਸ ਦਾ ਜੋ ਵਰਜਨ ਆ ਪਹਿਲਾਂ ਉਹ ਸੁਣ ਲਓ ਉਹ ਕਹਿੰਦੇ ਕਿ ਜੀ 28 ਅਗਸਤ ਨੂੰ ਮਸਲਾ 31 ਅਗਸਤ ਰਾਤ ਦੀ ਹੈ ਇਹ ਤੁਸੀਂ ਵੀਡੀਓ ਪਹਿਲੀ ਸਤੰਬਰ ਨੂੰ ਸਵੇਰੇ ਦੇਖ ਰਹੇ ਹੋਵੋਗੇ ਮੈਂ 31 ਰਾਤ ਨੂੰ ਤਕਰੀਬਨ 12:30 ਵਜੇ ਇਹ ਵੀਡੀਓ ਬਣਾ ਰਿਹਾ ਕਿਉਂਕਿ ਅਮਰੀਕਾ ਚੈਸਵਿਲੇ ਦੇ ਨਾਲ ਉਥੋਂ ਦੇ ਲੋਕਾਂ ਨਾਲ ਗੱਲ ਕਰਨ ਦਾ ਸਹੀ ਵਕਤ ਹੁੰਦਾ ਮੈਂ ਆਪਣੇ ਆਪ ਨੂੰ ਤਕਲੀਫ ਦੇ ਰਿਹਾ ਨਾ ਪਰ ਦੂਜੇ ਨੂੰ ਨਹੀਂ ਦਿੰਦਾ ਮੈਂ ਉਹਨਾਂ ਨੂੰ ਸੁੱਤਿਆਂ ਪਿਆ ਨੂੰ ਦਿਖਾਣਾ ਨਹੀਂ ਸੀ ਚਾਹੁੰਦਾ ਇਸ ਕਰਕੇ ਮੈਂ ਉਹਨਾਂ ਦੀ ਜਾਗਣ ਦੀ ਇੰਤਜ਼ਾਰ ਕੀਤੀ ਤੇ ਮੈਂ ਲੇਟ ਨਾਈਟ ਤੱਕ ਜਾਗਦਾ ਰਹਿ ਗਿਆ ਹਾਂ 28 ਅਗਸਤ ਨੂੰ ਅੱਧੀ ਰਾਤ ਨੂੰ ਮਤਲਬ ਰਾਤ ਦੇ 1.5 ਵਜੇ ਜਿਹੜਾ ਐਕਚੁਅਲੀ ਏ.ਐਮ ਹੁੰਦਾ ਸਵੇਰ ਦਾ ਸਮਾਂ 1.5 ਵਜੇ ਜਿਹੜੇ ਆ ਪੈਂਟਨਵੀਨੀਆਂ ਤੇ ਇੱਕ ਏਰੀਆ ਹੈ ਜਿਸ ਦਾ ਨਾਮ ਹੈ ਬੇਤਲ B E T H E L ਬੇਤਲ ਇਹ ਬੇਤਲ ਏਰੀਆ ਤੇ ਪੁਲਿਸ ਵਾਚਮੈਨ ਨੂੰ ਬਹੁ ਨੂੰ ਕਹਿੰਦੇ ਬੇਤਲ ਟਾਊਨਸ਼ਿਪ ਉਥੋਂ ਇੱਕ ਪੁਲਿਸ ਨੂੰ ਖਬਰ ਆਉਂਦੀ ਹੈ ਕਿ ਉਹਨਾਂ ਦੇ ਉਸ ਏਰੀਏ ਤੇ ਬੇਤਲ ਟਾਊਨਸ਼ਿਪ ਦੇ ਲੇਜਨ ਡਰਾਈਵ ਜਿਹੜਾ ਏਰੀਆ ਹੈ ਉਥੇ ਇੱਕ ਬਰਗਲਰੀ ਮਤਲਬ ਚੋਰੀ ਦੀ ਘਟਨਾ ਵਾਪਰ ਰਹੀ ਹੈ ਆਲੇ-ਦੁਆਲੇ ਲੋਕਾਂ ਨੇ ਦੇਖਿਆ ਉਹਨਾਂ ਨੇ ਕੰਪਲੇਨਟ ਕਰਤੀ ਉਹ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਪੁਲਿਸ ਕੋਲੇ ਉਹਨੂੰ ਰਿਸਪੌਂਡ ਕਰਦੇ ਹੋਏ ਪੁਲਿਸ ਵਾਲੇ ਉੱਥੇ ਪਹੁੰਚਦੇ ਆਂ ਔਰ ਉਹ ਇੱਕ ਇਹੋ ਜਿਹਾ ਆदमी ਨੂੰ ਲੱਭ ਲੈਂਦੇ ਆ ਜਿਦੇ ਗੋਲੀਆਂ ਲੱਗੀਆਂ ਹੁੰਦੀਆਂ ਪਰ ਉਹ ਬੰਦਾ ਮਰਿਆ ਨਹੀਂ ਹੁੰਦਾ ਤੇ ਇਹ ਬਹੁਤ ਕਲੀਅਰ ਕਰਨ ਵਾਲੀ ਗੱਲ ਆ ਇੱਕ ਮੇਲ ਇਹ ਮੈਂ ਉਹਨਾਂ ਜਿਹੜੀ ਆਫੀਸ਼ਲ ਸਟੇਟਮੈਂਟ ਆ ਪੁਲਿਸ ਦਿਓ ਚ ਲਿਖਿਆ ਰਿਸਪੌਂਡਿੰਗ ਆਫੀਸਰ ਸਬਸਿਕਵੈਂਟਲੀ ਲੋਕੇਟਡ ਅ ਮੇਲ ਗਨ ਸ਼ਾਟ ਵਿਕਟਮ ਐਟ ਦ ਸ਼ੀਜ਼ ਸ਼ੀ ਇਸ ਏਰੀਆ ਉਥੋਂ ਦਾ ਹੋਰ ਲੋਕੇਟਡ ਇਨ ਦਾ 8500 ਬਲਾਕ ਆਫ ਲੈਂਕਾਸਟਰ ਐਵੀਨਿਊ ਨਾਟ ਫਾਰ ਫਰਮ ਦਾ ਰੈਜ਼ੀਡੈਂਟ ਦਾ ਰੈਜ਼ੀਡੈਂਸ ਮਤਲਬ ਜਿਹੜੀ ਲੈਜੈਂਡ ਡਰਾਈਵ ਤੇ ਰੌਬਰੀ ਹੋ ਰਹੀ ਸੀ ਚੋਰੀ ਹੋ ਰਹੀ ਸੀ ਡਕੈਤੀ ਹੋ ਰਹੀ ਸੀ ਡਾਕਾ ਮਾਰਿਆ ਜਾ ਰਿਹਾ ਸੀ ਉਹ ਤੋਂ ਕੋਈ ਬਹੁਤਾ ਦੂਰ ਨਹੀਂ ਸੀ ਇਹ ਏਰੀਆ ਜੇ ਤੋ ਉਹਨਾਂ ਨੂੰ ਉਹ ਇੱਕ ਇੰਜਰ ਆਦਮੀ ਮਿਲਿਆ ਅੱਛਾ ਹੁਣ ਉਹ ਇੰਜਰ ਆਦਮੀ ਹੈ ਕਿਉਂ ਕਿਵੇਂ ਇੰਜਰ ਹੋਇਆ ਉਹ ਇਹਦੇ ਗੋਲੀਆਂ ਲੱਗੀਆਂ ਜਿਹਨੂੰ ਪੁਲਿਸ ਨੇ ਫੜਿਆ ਉਸ ਘਟਨਾ ਸਥਾਨ ਤੋਂ ਥੋੜਾ ਜਿਹਾ ਦੂਰ ਉਸ ਆਦਮੀ ਨੇ ਨੂੰ ਗੋਲੀਆਂ ਉਸੇ ਘਰ 'ਚ ਲੱਗੀਆਂ ਸੀ ਜਿਹੜੇ ਘਰ 'ਚ ਚੋਰੀ ਕਰਨ ਗਿਆ ਸੀ ਉਹ ਆਏ ਕਿ ਜਦੋਂ 3-4 ਲੋਕਾਂ ਨੇ ਉਸ ਘਰ ਤੇ ਹਮਲਾ ਕੀਤਾ ਤੇ ਅੰਦਰ ਬੈਠੇ ਘਰ ਦੇ ਮਾਲਕ ਨੇ ਆਪਣੀ ਗਨ ਕੱਢੀ ਜਿਹੜੀ ਅਮਰੀਕਾ 'ਚ ਬੜੀ ਆਮ ਗੱਲ ਹੈ ਹਰ ਘਰ 'ਚ ਤੁਸੀਂ ਬੰਦੂਕਾਂ ਕੰਧਾਂ 'ਨਾ ਟੱਗੀਆਂ ਦੇਖ ਸਕਦੇ ਹੋ ਉਹਨੇ ਆਪਣੀ ਗਨ ਕੱਢੀ ਤੇ ਗੋਲੀਆਂ ਚਲਾਤੀਆਂ ਇਹ ਲੁੱਟਣ ਆਏ ਬੰਦੇ ਦੇ ਗੋਲੀ ਲੱਗੀ ਉਤੋਂ ਉਹ ਗਰਮ ਜੋ ਚਹੀ ਪਾਜਦਾ ਗਿਆ ਤੇ 202 ਦੂਜੇ ਜਾ ਕੇ ਡਿੱਗ ਜਾਂਦਾ ਉਹਨਾਂ ਤੱਕ ਪੁਲਿਸ ਪਹੁੰਚ ਜਾਂਦੀ ਹੈ ਤਾਂ ਉਸ ਦਿਨ ਉਹ ਫੜ ਲੈਂਦੀ। ਉਸ ਵਾਕ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਜਾਂ ਰਾਦ ਦਿੱਤੇ ਹੋਦਾ ਇਲਾਜ ਸ਼ੁਰੂ ਹੋ ਜਾਂਦਾ। ਹੁਣ ਤੁਹਾਨੂੰ ਇਹਨਾਂ ਸਾਰੇ ਲੋਕਾਂ ਦੇ ਨਾਮ ਵੀ ਦੱਸਾਂਗੇ ਜਿਹੜੇ ਤੁਹਾਨੂੰ ਹੈਰਾਨ ਕਰ ਦੇਣਗੇ। ਪਰ ਪਹਿਲਾਂ ਪੁਲਿਸ ਦੀ ਉਹ ਪੂਰੀ ਗੱਲ ਬਾਤ ਸੁਣ ਲਓ। ਪੈਂਸਿਲਵੇਨੀਆ ਸਟੇਟ ਪੁਲਿਸ ਹੈਜ਼ ਅਸਯੂਮਡ ਕੰਟਰੋਲ ਆਫ ਦ ਇਨਵੈਸਟੀਗੇਸ਼ਨ। which revealed that a male who resides at the lion drive address encountered two masked intruders armed with a handgun inside the home matlab je the e banda ji de goliyan lagiyan phare injad hoya zakmi hoya police ne labhya e banda apna muh par ṭhak ke dooje bande de ghar te lootmaar karn gaya si ਉਨੇ ਆਪਣੀ ਅੱਗੇ ਗੋਲੀਆਂ ਚਲਾਈਆਂ ਤੇ ਰਕਮੀ ਹੋ ਜਾਂਦਾ ਫਿਰ ਪੁਲਿਸ ਕਹਿੰਦੀ ਕਿ ਜਿਹੜੇ ਜੀਹਾਂ ਤੇ ਗੋਲੀਆਂ ਲੱਗੀਆਂ ਬਾਅਦ ਚ ਘਰ ਵਾਲੇ ਮਾਲਕ ਨੇ ਜਦੋਂ ਗੋਲੀਆਂ ਚਲਾਈਆਂ ਹਮਲਾ ਕਰਨ ਵਾਲੇ ਦੇ ਗੋਲੀਆਂ ਲੱਗੀਆਂ ਉਹ ਉਤੋਂ ਪਾ ਦਿੱਤਾ ਆਰ ਲੇਟਰ ਅਰਾਈਵਡ ਨਾ ਵੀ ਹਿੱਕਰ ਅ ਦਸ਼ੀਤ ਉਦੋਂ ਬਾਅਦ ਇੱਕ ਕਾਰ ਦਾ ਉਹ ਕਾਰ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਖਾੜ ਮੇਰੇ ਡੀਟਸ ਸਭ ਤੁਹਾਨੂੰ ਇਹ ਰਿਕਾਰਡ ਦੇ ਨਾਮ ਨਾਲ ਦਿਖਾ ਵੀ ਰਹੇ ਹੋਣਗੇ ਕਾਲੇ ਰੰਗ ਦੀ ਲੰਮੀ ਸਾਰੀ ਕਾਰ ਹੈ ਜਿਹਨੂੰ ਅਮਰੀਕਾ 'ਚ ਟਰੱਕ ਕਹਿ ਦਿੰਦੇ ਆ ਉਸ ਕਾਰ 'ਚ ਭੱਜ ਕੇ ਉਹ ਆਪਣੀ ਜਾਨ ਬਚਾਉਣ ਲਈ ਭੱਜਦੇ ਆ ਉਸ ਕਾਰ 'ਚ ਬਹਿ ਕੇ ਉਸ ਤੋਂ ਬਾਅਦ ਉਹ ਜਿਹੜਾ ਸਰਪਟ ਸੀਗਾ ਆ ਜਿਹਦੇ ਗੋਲੀ ਲੱਗੀ ਸੀ ਉਹਨੂੰ ਉਸ ਏਰੀਆ ਦੇ ਹਸਪੀਟਲ ਲਿਜਾਇਆ ਜਾਂਦਾ ਕਿਤੇ ਉਹ ਕ੍ਰਿਟੀਕਲ ਕੰਡੀਸ਼ਨ ਚ ਹੈ ਆ ਇੱਕ ਜਿਹੜਾ ਸੈਂਟੈਂਸ ਹੈ ਇਹ ਥੋੜਾ ਜਿਹਾ ਡਾਊਟ ਕ੍ਰੀਏਟ ਕਰਦਾ ਹਾਲਾਂਕਿ 6 ਦੇ 6 ਬੰਦੇ ਜਿਹੜੇ ਕੈਰੈਕਟਰ ਇਸ ਪੂਰੇ ਇਨਸੀਡੈਂਟ ਇਨਵੋਲਡ ਆ ਉਹਨਾਂ ਦੇ ਨਾਮ ਪੈਂਟਰਵੇਨੀਆ ਪੁਲਿਸ ਨੇ ਜ਼ਾਹਰ ਕੀਤੇ ਆ ਉਹਨਾਂ 'ਚ ਕਿਤੇ ਵੀ ਅਮਰਿਤ ਬਲ ਦਾ ਨਾਮ ਨਹੀਂ ਹੈ ਅਜੇ ਤੱਕ ਕੱਲ ਰਾਤੀ ਤਾਂ ਪਤਾ ਨਹੀਂ ਉਹ ਕਹਿੰਦੇ ਇਸ ਤੋਂ ਬਾਅਦ ਜਦੋਂ ਉਹ ਮਰਦਾ ਹਸਪੀਟਲ ਤੇ ਐਡਮਿਟ ਕਰਵਾ ਦਿੱਤਾ ਗਿਆ ਉਦੋਂ ਹਾਲਾਤ ਸ਼ੁਰੂ ਹੋਇਆ ਉਸ ਤੋਂ ਬਾਅਦ ਕਈ ਜਗ੍ਹਾ ਤੇ ਚਾਪੇਮਾਰੀ ਕੀਤੀ ਗਈ ਪੁਲਿਸ ਵੱਲੋਂ ਔਰ ਜਿਹੜੇ ਘਰ ਚੋਂ ਇਹ ਗੋਲੀਆਂ ਚਲਾਈਆਂ ਗਈਆਂ ਸੀ ਬਾਥਲ ਟਾਊਨਸ਼ਿਪ ਤੇ ਕਰਸੂ ਉਸ ਘਰ ਚੋਂ 850 ਗ੍ਰਾਮ ਕੋਕੈਨ ਡਰੱਗ 850 ਗ੍ਰਾਮ 1 ਕਿਲੋ ਤੋਂ ਥੋੜੀ ਜਿਹੀ ਘੱਟ ਉਹ ਤੋਂ ਮਿਲਦੀ ਆ ਸੈਵਰਲ ਫਾਇਰ arms بڑے ਹਥਿਆਰ ਮਿਲਦੇ ਆ ਕਈ ਕਈ ਹਥਿਆਰ ਮਿਲਦੇ ਆ ਇਨਕਲੂਡਿੰਗ ਅ ਸ਼ਾਰਟ ਗਨ ਇੱਕੋ 31 ਸ਼ਾਰਟ ਗਨ ਵੀ ਮਿਲਦੀ ਆ ਔਰ ਉਹਦਾ ਸੀਰੀਅਲ ਨੰਬਰ ਸੀ ਸ਼ੌਰਟ ਗਨ ਤੇ ਜਦੋਂ ਅਮਰੀਕਾ 'ਚ ਤੁਸੀਂ ਇਹ ਘੜੀਦਿਓ ਤਾਂ ਸੀਰੀਅਲ ਨੰਬਰ ਉਹ ਰਸੀਦ ਤੇ ਲਿਖਿਆ ਜਾਂਦਾ ਜਿਹੜੀ ਤੁਹਾਨੂੰ ਰਸੀਦ ਦਿੱਤੀ ਜਾਂਦੀ ਆ ਲੇਕਿਨ ਇਹ ਸ਼ੌਰਟ ਗਨ ਦਾ ਸੀਰੀਅਲ ਨੰਬਰ ਜਿਹੜਾ ਸੀ ਉਹ ਮਟਾਇਆ ਗਿਆ ਸੀ ਜਾਂ ਉਹਨੂੰ ਕੋਰਦ-ਬੋਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਵੈਪਨ ਸੀ ਉਹ ਉਸੇ ਐਡਰੈਸ ਤੇ ਰਜਿਸਟਰ ਸੀ ਜਿੱਥੇ ਇਹ ਵਾਰਦਾਤ ਹੁੰਦੀ ਹੈ ਸੋ ਪੁਲਿਸ ਨੇ ਆਪਣਾ ਕੰਮ ਬੜਾ ਪ੍ਰਤੀਲੇ ਨਾਲ ਕੀਤਾ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਕੇਸ ਚ ਇਨਵੋਲਡ ਕੌਣ-ਕੌਣ ਸੀ ਹਰਾਨਾ ਹੋਇਓ ਇਹ ਸਾਰੇ ਆਪਣੇ ਪੰਜਾਬੀ ਮੁੰਡੇ ਸੀ ਸਭ ਤੋਂ ਪਹਿਲਾ ਨਾਮ ਹੈ ਗੁਰਲਾਲ ਸਿੰਘ ਦੀ ਉਮਰ 29 ਸਾਲ ਹੈ 30 ਸਾਲਾਂ ਤੋਂ 1 ਸਾਲ ਘਟ ਦੂਜਾ ਹੈਗਾ ਰਮਨਪ੍ਰੀਤ ਸਿੰਘ ਉਹਦੀ ਉਮਰ ਹੈ 24 ਸਾਲ ਇਹ ਉਹ ਬੰਦੇ ਨੇ ਜਿਨ੍ਹਾਂ ਦੇ ਘਰ 'ਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਨੇ ਉਹਨਾਂ ਚੋਰਾਂ ਤੇ ਫਾਇਰਿੰਗ ਕੀਤੀ ਸੀ ਹਥਿਆਰ ਇਹਨਾਂ ਦੇ ਘਰੋਂ ਮਿਲੇ ਸੀ। ਉਹਨੇ ਗੁਰਲਾਲ ਸਿੰਘ ਨੂੰ ਕਿਤੇ ਗੁਰਲਾਲ ਬਰਾੜ ਨਾ ਸਮਝ ਲਿਆ ਉਹ ਤਾਂ ਗੋਲਡੀ ਬਰਾੜ ਦਾ ਕੋਈ ਰਿਸ਼ਤੇਦਾਰ ਸੀਗਾ ਜਿਹੜਾ ਮਾਰਿਆ ਗਿਆ ਗੈਂਗਵਾੜ ਚ ਕਿਤੇ। ਇਹ ਹੋਏ ਗੁਰਲਾਲ ਸਿੰਘ ਹੋਰ ਹੈ। ਨਾਲ ਰਾਮਨਪ੍ਰੀਤ ਸਿੰਘ। ਇਹਨਾਂ ਕੋਲੋਂ ਉਹ 850 ਗ੍ਰਾਮ ਕੋਕੈਨ ਜਿਹੜੀ ਉਹ ਬਰਾਮਦ ਹੁੰਦੀ। ਔਰ ਜਿਹੜੇ ਹਮਲਾ ਕਰਨ ਆਏ ਸੀ ਦੋਸਤੋ ਉਹਨਾਂ ਦੇ ਨਾਮ ਵੀ ਸੁਣ ਲਓ ਮਰੇ ਪਿਆਰੇ ਨਾਮ ਨੇ ਅਮਰ ਵੀਰ ਸਿੰਘ 24 ਸਾਲ ਦਾ ਅਮਰ ਵੀਰ ਸਿੰਘ 24 ਸਾਲ ਉਮਰ ਅਮਨਦੀਪ ਕੌਰ ਹਰਾਨੀ ਹੋਈ ਨਾ ਸੁਣ ਕੇ ਇਹ ਪੰਜਾਬਣਾਂ ਅਮਨਦੀਪ ਕੌਰ ਇਹਦੀ ਉਮਰ 38 ਸਾਲ ਦੀ ਔਰ ਇਹ ਅਮਰੀਕਾ ਚ ਇਹ ਹੋ ਜੇ ਕ੍ਰਿਮੀਨਲ ਜੋ ਡਰਗ ਸਮਗਲਰਸ ਦਾ ਸਾਥ ਦਿੰਦੀ ਆ ਐਕਟਿਵਲੀ ਉਸ ਗੈਂਗ ਦਾ ਮੈਂਬਰ ਆ ਜਿਹੜਾ ਗੈਂਗ ਲੋਕਾਂ ਦੇ ਘਰਾਂ ਚ ਬੰਦੂਕਾਂ ਦੇ ਸਹਾਰੇ ਹਮਲੇ ਕਰਕੇ ਲੁੱਟਮਾਰ ਕਰਦਾ ਡਰਗ ਪੈਸਾ ਇਹੋ ਜਿਹੀਆਂ ਚੀਜ਼ਾਂ ਲੁੱਟ ਤੀਜਾ ਬੰਦਾ ਹੁੰਦਾ ਕੁਲਜਿੰਦਰ ਸਿੰਘ ਉਹਦੀ ਉਮਰ ਹੈ 33 33 ਸਾਲ ਤੇ ਚੌਥਾ ਬੰਦਾ ਹਰਸ਼ਪ੍ਰੀਤ ਸਿੰਘ ਜਿਹੜਾ ਅਜੇ ਨਿਆਣਾ ਲੱਗਦਾ ਉਹਦੀ ਉਮਰ ਹੈ 23 ਸਾਲ ਸੋ 6 ਤੇ 6 ਬੰਦੇ ਨਾਂ ਇੱਕ ਵਾਰੀ ਫੇਰ ਸੁਣਨੂ 6 ਆ ਦੇ ਗੁਰਲਾਲ ਸਿੰਘ ਰਾਮਨਪ੍ਰੀਤ ਸਿੰਘ ਅਮਰबीर ਸਿੰਘ ਅਮਨਦੀਪ ਕੌਰ ਹਰਸ਼ਦੀਪ ਸਿੰਘ ਐਂਡ ਕੁਲਜਿੰਦਰ ਸਿੰਘ ਇਹਨਾਂ ਤੇ ਜਿਹੜੇ ਥਰਲੇ ਵਾਲੇ ਚਾਰ ਬੰਦੇ ਆ ਅਮਨबीर ਅਮਨਦੀਪ ਕੌਰ ਹਰਸ਼ਦੀਪ ਤੇ ਕੁਲਜਿੰਦਰ ਸਿੰਘ ਇਹਨਾਂ ਤੇ ਤਾਂ ਚੋਰੀ ਦੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਉੱਪਰ ਵਾਲੇ ਦੋਨੋਂ ਬੰਦੇ ਗੁਰਲਾਲ ਸਿੰਘ ਔਰ ਰਮਨਜੀਤ ਸਿੰਘ ਦੇ ਘਰ ਜਾ ਕੇ ਚੋਰੀ ਦੀ ਕੋਸ਼ਿਸ਼ ਕੀਤੀ ਸੀ ਬਰਗ ਲਈ ਦਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਨਾਲ ਨਾਲ ਚਾਰਜ ਵੀ ਲੱਗਿਆ ਕਿ ਇੱਕ ਬੜਾ ਸੀਰੀਅਸ ਤੌਰ ਤੇ ਜ਼ਖਮੀ ਕਰਨ ਦਾ ਕੰਮ ਟੈਰੋਰਿਸਟਿਕ ਥ्रेट्स ਮਤਲਬ ਅਤਵਾਦੀ ਥ्रेटਟੇਨੀਆਂ ਐਂਡ ਰੈਕਲੈਸ ਐਂਡਿਜਨਮੈਂਟ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਕਾਹਨਾਂ ਨਾਕ ਤਰੀਕੇ ਨਾਲ ਘੇਰਨਾ ਨੁਕਸਾਨ ਪਚਾਉਣਾ ਸੋ ਇਹ ਸਾਰੇ ਚਾਰਜਸ ਇਹਨਾਂ ਤੇ ਲੱਗੇ ਆ ਅਸੀਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾਈਆਂ ਜਿਹੜੀਆਂ 6 ਤਸਵੀਰਾਂ ਬੰਦਿਆਂ ਦੀਆਂ ਨੇ ਉਹਨਾਂ ਚ ਇੱਕ ਤਸਵੀਰ ਤੇਰੀ ਲੇੜੀ ਦੀ ਹੈ ਉਹ ਅਮਨਦੀਪ ਕੌਰ ਹੈ 38 ਸਾਲ ਦੀ ਉਮਰ ਦੀ ਬੜੀ ਅਤਿ ਘਾਰਗਮ ਹੋ ਰਹੀ ਏ ਕੋਈ ਨਹੀਂ ਕਹਿ ਸਕਦੀ ਕਿ ਉਹ ਪਤਾ ਨਹੀਂ ਸੀ ਕਿ ਉਹ ਕੀ ਕਰ ਰਹੀ ਹੈ ਕਿਉਂ ਕਰ ਰਹੀ ਹੈ ਸਭਕਲ ਹੈ ਪਰ ਫਿਰ ਵੀ ਇਹੋ ਜੇ ਡੇਂਜਰਸ ਕ੍ਰਿਮੀਨਲਸ ਨਾਲ ਜਿਹੜੇ ਹਥਿਆਰਾਂ ਦਾ ਇਸਤੇਮਾਲ ਕਰਦੇ ਆ ਆਟੋਮੈਟਿਕ ਵੈਪਨਸ ਦਾ ਇਸਤੇਮਾਲ ਕਰਦੇ ਆ ਉਹਨਾਂ ਦੀ ਸਾਥਣ ਬਣ ਕੇ ਆਪਣੇ ਦੁਸ਼ਮਣਾਂ ਦੇ ਘਰਾਂ ਤੇ ਹਮਲਾ ਕਰਦੇ ਆ ਦੋਸਤੋ ਕੀ ਆਪਾਂ ਆਪਣੇ ਪੰਜਾਬ ਦੇ ਧੀਆ ਪੁੱਤ ਪਾਲ ਪੋਸ ਕੇ ਇਹੇ ਕਰਕੇ ਅਮਰੀਕਾ ਕੈਨੇਡਾ ਭੇਜੇ ਸੀ ਕਿ ਉੱਤੇ ਜਾ ਕੇ ਸਾਡਾ ਇਸ ਤਰੀਕੇ ਨਾਲ ਨਾਮ ਰੌਸ਼ਨ ਕਰਨ ਅਜੇ ਇਨੀਸ਼ੀਅਲ ਸਟੇਜ ਪਰ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਇਹ ਯੂ ਐਸ اے ਦੀ ਸਟੇਟ ਪੈਂਸਿਲਵੇਨੀਆ ਦੇ ਸਰਕਾਰੀ ਰਿਕਾਰਡ ਦੀ ਡਿਟੇਲ ਹੈ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਇਹ ਕੋਈ ਆਮਲ ਮਿਲਕ ਅਮਲ ਮਿਲਕ ਨਹੀਂ ਪਾਇਆ ਗਿਆ ਅਮਲ ਮਿਲਕ ਕੋਈ ਵੇਰ ਕਾ ਦੁੱਧ ਨਹੀਂ ਪਾਇਆ ਗਿਆ ਇਹੋ ਜੀ ਮਿਲਾਵਟ ਕੋਈ ਨਹੀਂ ਬਲ ਹਕੀਕਤ ਹਕੀਕਤ ਹੈ ਦੀ ਇਹਦੇ ਵਿੱਚ ਕਿਤੇ ਜਿਹੜਾ ਮੇਨ ਕਰੈਕਟਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਅਮਰਿਤ ਬਾਲ ਉਹਨਾਂ ਦਾ ਕਿਵੇਂ ਆ ਜਾਂਦਾ ਕਿਣਕਿਰ ਵਾਰ ਦੀ ਰਾਤ ਨੂੰ ਕੁਝ ਚੈਨਲਾਂ ਨੇ ਇਹ ਕਵਰ ਥੋੜੀ ਦੇਰ ਚਲਾਈ ਉਤਵਾਰ ਬਾਦ ਕਰਤੀ ਕੋਈ ਨਾ ਕੋਈ ਇੰਟਰਸਟਿਡ ਪਾਰਟੀਆਂ ਮੈਂ ਤੇ ਆਪ ਕਿ ਰਹਿੰਦੇ ਆ ਹੋਇਆ ਇਹੋ ਜੇ ਕੰਮ ਕਰ ਰਹੀਆਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਉਹ ਗੈਂਗਸਟਰਸ ਨੂੰ ਪ੍ਰਮੋਟ ਕਰਦੇ ਆ ਗੈਂਗਸਟਰਾਂ ਦੀਆਂ ਗੱਲਾਂ ਕਰਦੇ ਆ ਔਰ ਗੈਂਗਸਟਰਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੈਂਗਸਟਰ ਬਣਾਉਣ ਦੀ ਸਲਾਹ ਵੀ ਦਿੰਦੇ ਆ ਲੋਕਵੇਂ ਔਰ ਲੋਕਵੇਂ ਤਰੀਕੇ ਨਾਲ ਆਵਰਟਲੀ ਔਰ ਕਵਰਟ ਮਜਾਰਤਾਂ ਜੀਆਂ ਬਾਕੇ गैंगटेरिज्म ਨੂੰ ਹੀਰੋ ਵਰਸ਼ਿਪ ਤੇ ਬਦਲ ਰਿਹਾ ਹੈ ਇਸ ਸ਼ਰਮਨਾਕ ਸਾਡੀ ਐਜ਼ ਹਿਊਮਨ ਬੀਇੰਗ ਰਿਸਪੋਨਸਿਬਿਲਟੀ ਸਮਾਜ ਦੀ ਤਰਫ ਵੀ ਹੁੰਦੀ ਹੈ ਸਮਾਜ ਨਾਲ ਵੀ ਹੁੰਦੀ ਕਿਤਾ ਪ੍ਰੋਫੈਸ਼ਨ ਪੈਸਾ ਰਤਬਾ ਸ਼ੋਹਰਤ ਆਪਣੀ ਜਗਾ ਪਰ ਤੁਹਾਡੀ ਨੈਤਿਕਤਾ ਆਪਣੇ ਲੋਕਾਂ ਨਾਲ ਰਿਸ਼ਤੇ ਆਪਣੇ ਖੂਨ ਨਾਲ ਰਿਸ਼ਤੇ ਆਪਣੇ ਇਲਾਕੇ ਨਾਲ ਸੂਬੇ ਨਾਲ ਰਿਸ਼ਤੇ ਆਪਣੇ ਕੌਮ ਨਾਲ ਧਰਮ ਨਾਲ ਉਹ ਰਿਸ਼ਤੇ ਉਹ ਵੀ ਕਾਉਨੀ ਹੁੰਦੇ ਸੋ ਜਿਹਨਾਂ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਬਲ ਅਮਰਤ ਬਲ ਅਮਰੀਕਾ ਤੇ ਪਹਿਲਾਂ ਸਵਾ 1.5 ਮਹੀਨਾ ਪਹਿਲਾਂ ਫੜਿਆ ਗਿਆ ਸੀ ਅੱਜ ਮਾਰਿਆ ਗਿਆ ਅਸਲ ਤੇ ਉਹ ਇਹ ਸਿੱਧ ਕਰਨਾ ਚਾਹੁੰਦੇ ਆ ਕਿ ਨੌਰਸ ਬਿਸ਼ਨੂਈ ਔਰ ਉਸ ਦੇ ਗੈਂਗ ਗੋਲਦੀ ਬਰਾੜੀ ਇਹ ਉਹ ਸਾਰੇ ਇਹ ਬੜੇ ਤਾਕਤਵਰ ਨੇ ਇਹ ਆਪਣੇ ਦੁਸ਼ਮਣਾਂ ਨੂੰ ਕਿਤੇ ਵੀ ਜਾ ਕੇ ਕਿਤੇ ਵੀ ਕਦੇ ਵੀ ਕਿਵੇਂ ਵੀ ਮਾਰ ਸਕਦੇ ਇਹ ਵਰਤਾਰਾ ਗਲਤ ਤੁਸੀਂ ਰਿਪੋਰਟਿੰਗ ਕਰੋ ਯੂ ਆਰ ਵੈਲਕਮ ਪਰ ਗੈਂਗਸਟਰ ਨਾਲ ਜੋੜ ਕੇ ਉਹਨਾਂ ਦੇ ਏਜੰਡੇ ਨੂੰ ਅੱਗੇ ਨਾ ਬਤਾਓ ਇਹ ਮੇਰੀ ਸਾਰੇ ਪੱਤਰਕਾਰ ਦੋਸਤਾਂ ਨੂੰ ਸਲਾਮ ਖਾਸ ਤੌਰ ਤੇ ਆਦੀ ਜਿਹੜੀ ਚੈਨਲ ਜਿਹਨਾਂ ਦਾ ਨਾਮ ਹੀ ਨਹੀਂ ਕਦੇ ਸੁਣਿਆ ਕੋਈ ਦਿਨਕ ਸ਼ਾਮ ਪਤਾ ਨਹੀਂ ਦਿਨਕ ਰਾਤ ਦਿਨਕ ਸਵੇਰਾ ਪਤਾ ਨਹੀਂ ਕੁਝ ਸਾਥਿੰਗ ਕੋਈ ਇਹੋ ਜਿਹਾ ਨਾ ਉਹ ਲੀੜੀ ਵਿਚਾਰੀ ਜੀ ਨੂੰ ਪਤਾ ਵੀ ਨਹੀਂ ਹੋਣਾ ਕਿ ਜਗੂ ਭਗਵਾਨਪੁਰਿਆ ਕੌਣ ਹੈ ਨਰਸ ਵਿਸ਼ਨੋਈ ਕੌਣ ਹੈ ਅਮਰਤ ਬਲ ਕੌਣ ਹੈ ਗੋਲਦੀ ਬਰਾਰ ਕੌਣ ਹੈ ਉਹਨੂੰ ਪੜਿਆ ਲਿਖਿਆ ਸਕ੍ਰਿਪਟ ਜਿਆ ਦੇਤਾ ਤੇ ਉਹ ਬੋਲੀ ਜਾਂਦੀ ਹੈ ਬਾਰ 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 ਕਿ ਜਗੂ ਭਗਵਾਨਪੁਰਿਆ ਦਾ ਖਾਸ ਆਦਮੀ ਅਮਰਤ ਬਲ ਅਮਰੀਕਾ ਚ ਮਾਰੇ ਆ ਗਿਆ ਮਾਰ ਗਿਆ ਲਕਲੇਰ ਕਰਤਾ ਉਹਨਾਂ ਨੇ ਇਸ ਚੈਨਲ ਨੇ ਮਾਰ ਦਿੱਤਾ ਲੇਕਨ ਅਮਰੀਕਾ ਦੀ ਪੁਲੀਸ ਉਥੋਂ ਦੀ ਹਸਪੀਟਲ ਸਰਵਸ ਉਥਾਨੀਆਂ ਬਾਕੀ ਜਾਨ ਸੀ ਉਹਨਾਂ ਦੀਆਂ ਪੂਰੀਆਂ ਰਿਪੋਰਟ ਚ ਕਿਤੇ ਵੀ ਅਮਰਤ ਬਲ ਦਾ ਕੋਈ ਨਾਮ ਨਹੀਂ ਖैर ਦੇਖਾਂਗੇ ਆਉਣ ਵਾਲੇ ਦਿਨਾਂ ਚ ਇਹ ਉਠ ਕਿਹੜੀ ਕਾਰਪਲ ਬੈਠਾ ਇਹ ਜਿਹੜੇ ਬੰਦਿਆਂ ਦੇ ਨਾਂ ਤੁਹਾਨੂੰ ਦਿੱਤੇ ਗਏ ਨੇ ਇਹ ਕਿਰਪਾ ਕਰਕੇ ਜਰਾ ਦੇਖਿਓ ਇਹ ਤੁਹਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਸ਼ਿਆਰਾਂ ਦੇ ਕਸਬਿਆਂ ਦੇ ਕਿਤੇ ਉੱਤੋਂ ਦੇ ਲੋਕ ਤਾਂ ਨਹੀਂ ਹੈ ਕੀ ਇਹ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਕੰਮ ਕਰਦੇ ਰਹੇ ਤੇ ਜਿਹੜੇ ਹੁਣ ਅਮਰੀਕਾ ਦਾ ਕੀ ਕਰ ਰਹੇ ਆਂ ਕਿਤੇ ਮਜਬੂਰੀ ਵਾਸਤੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਕਰ ਰਹੇ ਇਹ ਉਹ ਹੀ ਲੋਕ ਦੱਸ ਸਕਦੇ ਜਿਹੜੇ ਇਹਨਾਂ ਨਾਲ ਰਹੇ ਉਹਨਾਂ ਨਾਲ ਕੰਮ ਕੀਤਾ ਹੋਵੇ ਸੋ ਦੋਸਤੋਂ ਵਾਲੇ ਦਿਨਾਂ ਤੁਹਾਨੂੰ ਇਹ ਜਰੂਰ ਇਸ ਪੂਰੇ ਕੇਸ ਦੀ ਇਨਵੈਸਟੀਗੇਸ਼ਨ ਨਾਲ ਆਪਤਾ ਕੈਮ ਰੱਖਿਆ ਰੱਖਾਂਗੇ ਤੁਹਾਡੇ ਨਾਲ ਜੋ ਜੋ ਵੀ ਕੋਈ ਨਵੀਂ ਰੈਗੂਲੇਮੈਂਟ ਆਏਗੀ ਅਪਡੇਟ ਆਏਗਾ ਉਹ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਪਰ ਇਹ ਪਹਿਲਾ ਹਾਲ ਕੋਈ ਹੋਜੀ ਗੱਲ ਲੱਗਦੀ ਨਹੀਂ ਜਿਦੇ ਸਰਕਾਰ ਔਰ ਪੁਲਿਸ ਨੂੰ ਖੁਸ਼ੀ ਮਨਾਉਣ ਦੀ ਲੋੜ ਪਵੇ ਕਿ ਗੈਂਗਸਟਰ ਅਮਰਤਬਾਲ ਮਾਰੇ ਆ ਗਏ ਜਾਂ ਇਸ ਤੋਂ ਪਹਿਲਾਂ ਖਬਰ ਦੇ ਮੁਤਾਬਕ ਫੜ ਆ ਗਿਆ ਜੇ ਪੜਿਆ ਗਿਆ ਹੁੰਦਾ ਤੇ ਆਪਣੇ ਘਰ ਕਿਵੇਂ ਹੁੰਦਾ ਜੇ ਘਰ ਆਪਣੇ ਹੁੰਦਾ ਤੇ ਜਿ ਰਮਾਨਤ ਹੋਈ ਹਣੀ ਤੇ ਉਹਦਾ ਕਿਤੇ ਨਾ ਕਿਤੇ ਜ਼ਿਕਰ ਹੋਣਾ ਸੀ ਅਸੀਂ ਸਾਰੇ ਰਿਕਾਰਡ ਦੇਖ ਕੇ ਕਿਤੇ ਕੋਝੇ ਕਰਨੀ ਸੋ ਆਲਰਾਗ ਨਾ ਤੇ ਕਿਤੋਂ ਨੀਆਂ ਖਬਰਾਂ ਕਿਤੇ ਕਹਾਣੀਆਂ ਲੈ ਕੇ ਆਜ ਰੋਵਾਂਗੇ ਉਸ ਤੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ 干了嘛？